ਗੁਰਦਾਸਪੁਰ ਦੇ ਪਿੰਡ ਗੋਦਪੋਖਰ ਦੇ ਵਿੱਚ 3 ਜੂਨ ਮਸਤਾਨ ਸਿੰਘ ਨਾਮ ਕੇ ਵਿਅਕਤੀ ਦੇ ਹੋਏ ਕਤਲ ਮਾਮਲੇ ਵਿੱਚ ਦੋਸ਼ੀ ਪੰਜਾਬ ਪੁਲਿਸ ਦੇ ASI ਲਖਵਿੰਦਰ ਸਿੰਘ ਅਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਨਾ ਕਰਨ ਦੇ ਮਾਮਲੇ ਦੇ ਵਿੱਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਗੁਰਦਾਸਪੁਰ ਦਾ ਡਾਕਖਾਨਾ ਚੌਂਕ ਨੂੰ ਬੰਦ ਕਰਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਉਹਨਾਂ ਕਿਹਾ ਕਿ ਪੁਲਿਸ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਦੋਂ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਹੁੰਦੇ ਉਹਨਾਂ ਸਮਾਂ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ 3 ਜੂਨ ਨੂੰ ਉਹਨਾਂ ਦੇ ਪਿਤਾ ਮਸਤਾਨ ਸਿੰਘ ਆਪਣੇ ਘਰ ਦਾ ਕੰਮ ਕਰਵਾ ਰਹੇ ਸਨ ਅਤੇ ਉਸਦਾ ਮਲਬਾ ਗਲੀ ਵਿੱਚ ਖਿਲ ਰਿਹਾ ਹੋਇਆ ਸੀ, ਜਿਸ ਕਰਕੇ ਪਿੰਡ ਦੇ ਹੀ ਵਿਅਕਤੀ ਲਖਵਿੰਦਰ ਸਿੰਘ ਜੋ ਕਿ ਪੰਜਾਬ ਪੁਲਿਸ ਵਿੱਚ ASI ਹੈ ਅਤੇ ਉਸਦੇ ਸਾਥੀ ਨੇ ਉਹਨਾਂ ਦੇ ਪਿਤਾ ਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਨੇ ਰਲ ਕੇ ਉਹਨਾਂ ਦੇ ਪਿਤਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਕੁੱਟਮਾਰ ਦੇ ਦੌਰਾਨ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ। ਉਹਨਾਂ ਨੇ ਕਿਹਾ ਕਿ ਮੌਤ ਨੂੰ 20 ਦਿਨ ਬੀਤ ਚੁੱਕੇ ਹਨ ਪਰ ਇਸ ਦੇ ਬਾਵਜੂਦ ਵੀ ਪੁਲਿਸ ਦੇ ਵੱਲੋਂ ਅੱਜ ਤੱਕ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਪੁਲਿਸ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਰੋਸ ਵਜੋਂ ਅੱਜ ਉਹਨਾਂ ਨੇ ਡਾਕਖਾਨਾ ਬੰਦ ਕਰਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਉਹਨਾਂ ਕਿਹਾ ਕਿ ਜਦੋਂ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਹੁੰਦੇ ਉਹਨਾਂ ਦਾ ਧਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ। ਮੇਰੇ ਪਾਪਾ ਦੀ ਡੈਥ 30 ਤਰੀਕ 8:30 ਵਜੇ ਦੇ ਕਰੀਬ ਹੋਈ ਸੀਗੀ। 30 ਤਰੀਕ ਤੋਂ ਹੀ ਅਸੀਂ ਲਗਾਤਾਰ ਪੁਲਿਸ ਦੇ ਪਿੱਛੇ ਚੱਕਰ ਕੱਟ ਰਹੇ ਹਾਂ ਕਿ ਤੁਸੀਂ ਕੀ ਕੀਤਾ ਹੁਣ ਤੱਕ। ਬਸ ਸਾਨੂੰ ਦਿਲਾਸੇ ਦੇਈ ਜਾ ਰਹੀ ਹੈ ਕਿ ਅਸੀਂ ਲੱਗੇ ਹੋਏ ਹਾਂ, ਬਟ ਅਜੇ ਤੱਕ ਕੋਈ ਵੀ ਗ੍ਰਿਫਤਾਰੀ ਉਹਨਾਂ ਵੱਲੋਂ ਨਹੀਂ ਕੀਤੀ ਗਈ। ਅਸੀਂ ਉਹਨਾਂ ਦੀ ਵਾਈਫ ਨੂੰ ਅਰੈਸਟ ਕਰਵਾਇਆ ਸੀਗਾ। ਸੁਖਪਾਲ ਸਿੰਘ ਖਹਿਰਾ ਜੋ ਕਿ DSP ਹੈ ਪ੍ਰੈਜੈਂਟ ਟਾਈਮ ਦੇ, ਉਹਨਾਂ ਨੇ ਸਾਨੂੰ ਇਹੀ ਕਿਹਾ ਕਿ ਤੁਹਾਡੇ ਜੋ ਵੀ ਅਸੀਂ ਗੱਲ ਕਰਦੇ ਸੀ ਉਹਦੇ ਵਿੱਚੋਂ ਹੀ ਵਲ ਪਾ ਕੇ ਉਹਨਾਂ ਨੇ ਉਹਨਾਂ ਦੀ ਵਾਈਫ ਨੂੰ ਬਾਹਰ ਕੱਢ ਦਿੱਤਾ, ਪਰਚੇ ਵਿੱਚੋਂ ਪਰਚਾ ਨਹੀਂ ਹੋਣ ਦਿੱਤਾ। ਫਿਰ ਵੀ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਉਹਨਾਂ ਨੂੰ ਕੰਟੈਕਟ ਵਿੱਚ ਰੱਖੋ, ਜਿੰਨਾ ਟਾਈਮ ਉਹ ਅਰੈਸਟ ਨਹੀਂ ਹੁੰਦੇ ਉਹਦੀ ਵਾਈਫ ਨਾਲ ਉਹਦਾ ਡੇਲੀ ਕੰਟੈਕਟ ਹੁੰਦਾ ਹੋਏਗਾ। ਇਹਨਾਂ ਨੇ ਵਾਈਫ ਨੂੰ ਗਾਂ ਪਛਾਂ ਕਰ ਦਿੱਤਾ। ਜਦੋਂ ਸਰ ਸਾਡਾ ਘਰ ਢਾਇਆ ਹੋਇਆ ਸੀਗਾ, ਘਰ ਦਾ ਮਲਬਾ ਜਿਹੜਾ ਗਲੀ ਵਿੱਚ ਪਿਆ ਸੀਗਾ, ਪਾਪਾ ਅਤੇ ਚਾਚਾ ਜੀ ਨਾਲ ਦੋ ਮਜ਼ਦੂਰ ਲੱਗੇ, ਇੱਕ ਚਾਚਾ ਜੀ ਦਾ ਬੇਟਾ ਸੀਗਾ, ਇੱਕ ਹੋਰ ਰੱਖਿਆ ਹੋਇਆ ਲੜਕਾ ਪਾਪਾ ਨੇ, ਉਹ ਚੁੱਕਦੇ ਪਏ ਸੀਗੇ। ਉਹਦੇ ਤੋਂ ਹੀ ਆਣ ਕੇ ਉਹਨੇ ਗੰਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪਾਪਾ ਦੇ ਗੱਲ ਪੈ ਗਿਆ। ਲਖਵਿੰਦਰ ਸਿੰਘ ਬਾਂਟੀ, ਉਹਦਾ ਨਾਂ ਲਖਵਿੰਦਰ ਸਿੰਘ ਬਾਂਟੀ ਆ, ਉਹਦਾ ਭਰਾ ਛੋਟਾ ਤਜਿੰਦਰ ਸਿੰਘ ਲਾਡੀ ਆ, ਉਹਦੀ ਵਾਈਫ ਬਲਵਿੰਦਰ ਕੌਰ ਆ। ਦੋਨੋਂ ਪੁਲਿਸ ਮੁਲਾਜ਼ਮ ਹੀ, ਇੱਕ ਨੂੰ ਤਾਂ ਪਹਿਲਾਂ ਹੀ ਰਿਟਾਇਰ ਕਰ ਦਿੱਤਾ ਹੋਇਆ ਹਾਫ ਪੈਨਸ਼ਨ 'ਤੇ, ਦੂਸਰਾ ਜਿਹੜਾ ਡਿਫੋਲਟਰ ਇੱਕ ਨੰਬਰ ਦਾ ਡਿਫੋਲਟਰ, ਇਹਦਾ ਪੂਰਾ ਰਿਕਾਰਡ ਤੁਸੀਂ ਚੈੱਕ ਕਰ ਸਕਦੇ ਹੋ। ਮੇਰੇ ਪਾਪਾ ਦਾ ਵੀ ਰਿਕਾਰਡ ਚੈੱਕ ਕਰ ਸਕਦੇ ਹੋ। ਪਿੰਡ ਵਿੱਚ 4-4 ਲੜਾਈਆਂ ਡੇਲੀ ਦੀਆਂ ਲੈਂਦਾ ਸੀਗਾ ਲਖਵਿੰਦਰ ਸਿੰਘ ਬਾਂਟੀ। ਅੱਜ ਅਸੀਂ ਧਰਨਾ ਦੇਣ ਜਾ ਰਹੇ ਹਾਂ ਇਸੇ ਸੰਬੰਧ ਵਿੱਚ, ਕਿਉਂਕਿ ਉਹਨਾਂ ਨੇ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਅਤੇ ਨਾ ਹੀ ਸਾਨੂੰ ਕੋਈ ਭਰੋਸੇਯੋਗ ਕੋਈ ਦੱਸਦੇ ਆ ਕਿ ਅਸੀਂ ਕੁਛ ਕੀਤਾ। ਬਸ ਇਹੀ ਕਹਿ ਰਹੇ ਹਾਂ ਅਸੀਂ ਲੱਗੇ ਹੋਏ ਹਾਂ, ਪਤਾ ਨਹੀਂ ਉਹ ਕਿਹੜੀ ਕਾਰਗੁਜ਼ਾਰੀ 'ਚ ਲੱਗੇ ਹੋਏ ਜਿਹੜਾ ਅੱਜ ਤੱਕ ਉਹਨਾਂ ਕੋਲ ਪੂਰਾ ਨਹੀਂ ਹੋ ਰਿਹਾ। ਕਦੋਂ ਤੱਕ ਧਰਨਾ ਜਾਰੀ ਰਹੇਗਾ? ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪੁਲਿਸ ਅਰੈਸਟ ਨਹੀਂ ਕਰ ਲੈਂਦੀ ਮੁਜਰਮਾਂ ਨੂੰ। ਨਾ ਸਰ ਜੀ, ਇਹ ਗੱਲ ਹੈਗੀ ਆ ਵੀ 30 ਜੂਨ ਦਾ ਕਤਲ ਹੋਇਆ, 30 ਜੂਨ ਨੂੰ ਇਹਨਾਂ ਨੇ ਲਖਵਿੰਦਰ ਸਿੰਘ ਬੰਟਾ, ਤਜਿੰਦਰ ਸਿੰਘ ਲਾਡੀ, ਬਲਵਿੰਦਰ ਕੌਰ, ਇਹਨਾਂ ਨੇ ਜਿਹੜਾ ਲਖਵਿੰਦਰ ਸਿੰਘ ਸੀ ਇਹ ਸ਼ਰਾਬ ਪੀ ਕੇ ਰੱਜ ਕੇ ਥਾਣੇ 'ਚ ਆਉਂਦਾ ਵਾ, ਡਿਊਟੀ ਕਰਦਾ ਪੁਲਿਸ ਮੁਲਾਜ਼ਮ ਹੈ ASI, ਇਹ ਆ ਕੇ ਅਤੇ ਸਾਡੀ ਜੀਜਾ ਜੀ ਨੇ ਕੋਠੀ ਢਾਈ ਸੀ, ਉਹਦਾ ਮਟੀਰੀਅਲ ਥੋੜ੍ਹਾ ਬਹੁਤਾ ਤੋੜ ਭੰਨਦਾ ਸੜਕ ਦੇ ਸਾਈਡ ਦੇ ਕਿਨਾਰੇ 'ਤੇ ਲੱਗਾ ਸੀ, ਉਹ ਚੁੱਕ ਰਹੇ ਸੀ ਅਤੇ ਇਹ ਆਉਂਦੇ ਹੀ ਥਾਣੇ ਤੋਂ ਆਇਆ ਅਤੇ ਗੰਦੀਆਂ ਮੰਦੀਆਂ ਗਾਲਾਂ ਕੱਢਣ ਲੱਗ ਪਿਆ ਵੀ ਤੁਸੀਂ ਭੈਣ ਜੋ ਗੰਦ ਪਾਇਆ ਫਲਾਨੀ ਚੀਜ਼ ਆ ਟਿਮਕੜੀ ਚੀਜ਼ ਆ। ਇੰਨੇ ਦੇ ਵਿੱਚ ਹੀ ਜੀਜੇ ਨੇ ਹੱਥ ਜੋੜ ਕੇ ਬੋਲਿਆ, ਲਖਵਿੰਦਰ ਜੀ ਅਸੀਂ ਤੁਸੀਂ ਵੀ ਕੋਠੀ ਬਣਾਈ ਸੀ ਅਤੇ ਸੜਕ ਦੇ ਵਿੱਚ ਮਟੀਰੀਅਲ ਲਾਇਆ, ਅਸੀਂ ਤੁਹਾਡੇ ਨਾਲ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਅਤੇ ਅੱਜ ਜੇ ਅਸੀਂ ਕੋਠੀ ਢਾਈ ਆ ਤਾਂ ਅਸੀਂ ਦੋ ਚਾਰ ਮਿੰਟ ਦੀ ਗੱਲ ਆ, ਅਸੀਂ ਤਾਂ ਮਟੀਰੀਅਲ ਨਾਲ ਹੀ ਬੰਦੇ ਲਾਏ ਸੀ ਚੁੱਕਣ ਦੇ ਸੀ। ਅਤੇ ਇੰਨੇ ਦੇ ਵਿੱਚ ਹੀ ਲਖਵਿੰਦਰ ਨੇ ਹੱਥੀ ਪੈ ਕੇ ਚਪੇਟ, ਇਹਦਾ ਪੇਸ਼ਾ ਹੀ ਲਖਵਿੰਦਰ ਸਿੰਘ ਦਾ ਇਹ ਜਦੋਂ ਗੱਲ ਕਰਦਾ ਚਪੇਟ ਤੋਂ ਬਿਨਾਂ ਨਹੀਂ ਕਰਦਾ, ਪਹਿਲਾਂ ਇੱਕ ਚਪੇਟ ਮਾਰੀ, ਦੂਜਾ ਗੱਲ 'ਚੋਂ ਫੜ ਲਿਆ, ਲਾਡੀ ਨੇ ਆਣ ਕੇ ਢਿੱਡ 'ਚ ਹੂਰੇ ਮਾਰੇ, ਬਲਵਿੰਦਰ ਕੌਰ ਨੇ ਛਿੱਤਰ ਮਾਰੇ, ਅੰਮ੍ਰਿਤਧਾਰੀ ਸਿੱਖ ਦੇ ਸਿਰ 'ਚ ਛਿੱਤਰ ਮਾਰੇ ਬਲਵਿੰਦਰ ਕੌਰ ਨੇ, ਅਤੇ ਭਾਅ ਜੀ ਮੌਕੇ 'ਤੇ ਹੀ ਮਾਰ ਮੁਕਾਇਆ। ਸਾਨੂੰ 1 ਤਰੀਕ ਧਰਨਾ ਦਿੱਤਾ ਸੀ ਟਿੱਬਰ ਠਾਣੇ, ਪਰਚਾ ਨਹੀਂ ਕਰਦੇ, ਜੇ ਅਸੀਂ ਉੱਥੇ ਟਿੱਬਰ ਠਾਣੇ ਪਰਚਾ ਕਰਵਾਇਆ ਹੁਣ ਸਰ ਜੀ ਉਹਨਾਂ ਦੀਆਂ ਧਮਕੀਆਂ ਆ ਰਹੀਆਂ, ਕਹਿੰਦੇ ਕਿ ਇੱਕ ਕਤਲ ਦਾ ਵੀ 20 ਸਾਲ ਹੀ ਗੌਰਮੈਂਟ ਸਜ਼ਾ ਮਿਲਦੀ ਆ ਅਤੇ 10 ਬੰਦੇ ਮਾਰ ਲਓ ਫਿਰ ਵੀ ਮਿਲਦੀ ਆ। ਅਸੀਂ ਸਰ ਜੀ ਲੋਕ ਕੇ ਸਾਡੀ ਭੈਣ ਟਾਈਮ ਪਾਸ ਕਰਨ ਦੀ ਆ, ਸਾਨੂੰ ਉਹਨਾਂ 'ਤੇ ਖਤਰਾ ਵਾ, ਪਤਾ ਨਹੀਂ ਕਦੋਂ ਆਣ ਕੇ ਹਮਲਾ ਕਰਨ 'ਤੇ ਇਹ ਅੱਜ ਧਰਨਾ ਸਰ ਜੀ, ਉਹਨਾਂ ਨੂੰ ਬੰਦੇ ਰੈਸਟ ਨਹੀਂ ਕਰ ਰਹੀ, ਉਹ ਸ਼ਰੇ ਅੰਬ ਬੰਦੇ ਘੁੰਮਦੇ ਫਿਰਦੇ ਨੇ ਅਤੇ ਰੈਸਟ ਨਹੀਂ ਕਰਦੀ, ਅਸੀਂ ਇਸ ਕਰਕੇ ਧਰਨਾ ਲਗਾਇਆ। ਅਸੀਂ ਸਰ ਜੀ ਜਿੰਨਾ ਚਿਰ ਬੰਦੇ ਰੈਸਟ ਨਹੀਂ ਹੁੰਦੇ ਉਹਨਾਂ ਚਿਰ ਸਾਡਾ ਇੱਦਾਂ ਹੀ ਕੰਮ ਚੱਲੂਗਾ। ਆਵਾਜ਼ੀ ਕੰਮ TV ਲਈ ਗੁਰਦਾਸਪੁਰ ਤੋਂ ਪੱਤਰਕਾਰ ਸਤਵਿੰਦਰ ਸਿੰਘ ਦੀ ਰਿਪੋਰਟ।